ब्रेक ਤਬਾ ਤੁਹਾਡਾ ਸਵਾਗਤ ਹੈ ਯੂਪੀ ਦੇ ਅਸਦਪੁਰ ਪਿੰਡ ਵਿੱਚ ਵੀਰਵਾਰ ਨੂੰ ਟਰੱਕ ਤੇ ਸਕੂਲ ਬੱਸ ਦੀ ਟੱਕਰ ਹੋਈ ਜਿਸ ਵਿੱਚ 12 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਬੱਚੇ ਜ਼ਖਮੀ ਦਸੇ ਜਾ ਰਹੇ ਨੇ ਹਾਦਸੇ ਦਾ ਸ਼ਿਕਾਰ ਹੋਈ ਇਸ ਬੱਸ ਵਿੱਚ ਕੁੱਲ 55 ਤੋਂ 60 ਬੱਚੇ ਸਵਾਰ ਸਨ ਮਿਲੀ ਜਾਣਕਾਰੀ ਅਨੁਸਾਰ ਠੰਡ ਕਾਰਨ ਛੁੱਟੀ ਦੇ ਦਿਨ ਤੋਂ ਬਾਅਦ ਬੱਚੇ ਬੱਸ ਰਹੀਂ ਸਕੂਲ ਜਾ ਰਹੇ ਸੀ ਪਰ ਸੰਗਣੀ ਤੰਦ ਦੇ ਕਾਰਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ બસ ਜਸ ਪਬਲਿਕ ਸਕੂਲ ਦੀ ਹੈ ਤੇ ਇਸ ਵਿੱਚ ਐਲ ਕੇਜੀ ਤੋਂ ਲੈ ਕੇ 7ਵੀਂ ਜਮਾਤ ਤੱਕ ਦੇ ਵਿਦਿਆਰਥੀ ਸਵਾਰ ਸਨ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਹਾਦਸੇ ਕਾਰਨ ਟਰੱਕ ਤੇ ਬਸ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ